ग्यारह सौ चौरानवे कंप्लेंट हमारे पास आई हैं और चार सौ चौंसठ कंप्लेंट का निपटारा किया गया okay. तो इसका मतलब है चार सौ चौंसठ लोगों को कहीं जाना नहीं पड़ा ना किसी ऑफिसर के पास जाना पड़ा ना हमारे पास आने पड़े उनका घर बैठे ही सरकार थोड़े द्वार उनका निपटारा मुख्यमंत्री जी की जो कार्यशैली है ਉਸਨੂੰ ਕੋ ਫਾਇਦਾ ਹੋ ਗਿਆ ਸਸੀ ਕਾਲ ਜੀ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਪੋਸਟ ਕਰਿਆ ਸੀ ਕਿ ਤਹਿਸੀਲਾਂ ਦੇ ਵਿੱਚ ਤੇ ਰੈਵਨਿਊ ਡਿਪਾਰਟਮੈਂਟ ਯਾਨੀ ਕਿ ਜਿੰਨੇ ਪਟਵਾਰੀ ਤਹਿਸੀਲਾਂ ਦੇ ਵਿੱਚ ਜਿਹੜੇ ਕੰਮ ਹੋਣ ਵਾਲੇ ਨੇਗੇ ਤੁਸੀਂ ਬਿਨਾ ਪੈਸੇ ਤੋਂ ਕੰਮ ਹੋਇਆ ਕਰੂਗਾ ਤੇ ਜੇਕਰ ਕੋਈ ਪੈਸੇ ਮੰਗਣ ਦੀ ਕੰਮ ਕਰਿਆ ਕਰੂਗਾ ਪੈਸੇ ਤੋਂ ਭਾਵੇਂ ਇਹ ਸਰਕਾਰੀ ਫੀਸ ਨਹੀਂ ਉਹ ਫੀਸ ਜਿਹੜੀ ਕਈ ਵਾਰੀ ਕੰਮ ਕਰਾਉਣ ਵਾਸਤੇ ਕਿਸੇ ਵੀ ਸਰਕਾਰੀ ਮੁਲਾਜ਼ਮ ਨੂੰ ਦੇਣੀ ਪੈਂਦੀ ਆ ਬਹੁਤ ਸਾਰੇ ਲੋਕ ਹਟ ਗਏ ਨੇਗੇ ਬਹੁਤ ਸਾਰੇ ਮੁਲਾਜ਼ਮ ਚੰਗੇ ਨੇਗੇ ਪਰ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਹਜੇ ਵੀ ਹਟਣ ਦਾ ਨਾ ਲਾਉਣੇ ਲਹਿਰੇ ਸਾਡੇ ਪਿੰਡੂ ਭਰਾ ਜੇ ਪਿੰਡੂ ਕਸਬਿਆਂ 'ਚ ਰਹਿਣ ਵਾਲੇ ਲੋਕ ਸਾਡੇ ਵਰਗੇ ਦਿਹਾਤਾਂ ਦੇ ਲੋਕ ਜਦੋਂ ਕੰਮ ਕਰਾਉਣ ਤਹਿਸੀਲਾਂ ਦੇ ਜਾਂਦੇ ਨੇ ਪਟਵਾਰੀਆਂ ਕੋਲ ਜਾਂਦੇ ਨੇ ਕਿਤੇ ਵੀ ਇਸ ਤਰ੍ਹਾਂ ਦੇ ਨਾਲ ਪੂਰੇ ਵਿਭਾਗਾਂ ਦੇ ਨਾਲ ਕਿਸੇ ਵੀ ਪੋਸਟ ਤੇ ਜਾਂਦੇ ਨੇ ਤਾਂ ਅਖਰਕਰਜ ਕਰ ਉਹਨਾਂ ਤੋਂ ਪੈਸੇ ਮੰਗੇ ਜਾਂਦੇ ਨੇ ਤਾਂ ਮੈਂ ਉਹ ਪਿੱਛੇ ਜੇ ਵੀਡੀਓ ਪੋਸਟ ਕਰਿਆ ਸੀ ਤੁਸੀਂ ਦੱਬ ਕੇ نیچے ਕਮੈਂਟ ਕਰਿਆ ਸੀ ਕਰਿਆ ਵੀ ਕਰੋ ਚਾਹੇ ਮੈਨੂੰ ਚਾਰ ਗੱਲਾਂ ਕਹਿ ਲਿਆ ਕਰੋ ਪਰ ਵਿੱਚ ਕਮੈਂਟ ਜਰੂਰ ਕਰਿਆ ਕਰੋ ਤੇ ਲਿਖਿਆ ਕਰੋ ਵੀ ਕੀ ਚੀਜ਼ਾਂ ਨੇ ਉਹੀ ਕਮੈਂਟਾਂ ਨੂੰ ਸਾਰਿਆਂ ਨੂੰ ਪੜ੍ਹ ਕੇ ਮੈਂ ਇੱਕ ਮੋਟੀ ਜੀ ਤਰਤੀਬ ਅੱਜ ਜਿਹੜੇ ਸਾਡੇ ਰੈਵਨਿਊ ਮਿਨਿਸਟਰ ਨੇ ਬ੍ਰਹਮਸ਼ੰਕਰ ਜਿੰਪਾ ਉਹਨਾਂ ਦੇ ਅੱਗੇ ਰੱਖੀ ਸੀ ਤਮਾਮ ਚੀਜ਼ਾਂ ਉਹਨਾਂ ਨੂੰ ਦੱਸਿਆ ਵੀ ਕਿ ਤੁਸੀਂ ਜਿਹੜਾ ਇੰਤਕਾਲ ਤੱਕ ਲੋਕ ਹਜੇ ਆਪਦੇ ਕਰੋਨ ਪਿੱਛੇ ਫਿਰਦੇ ਆ ਰਹਿੰਦੇ ਨੇ ਉਹਨਾਂ ਨੂੰ ਆਖਰ ਇਨਸਾਫ ਨਹੀਂਗਾ ਮਿਲਦਾ ਪੈਸੇ ਮੰਗਦੇ ਨੇ ਕੋਈ ਉਹਨਾਂ ਨੂੰ ਲੇਟ ਕਰਦੇ ਨੇ ਤਾਂ ਮੰਤਰੀ ਨੇ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਕਹੀ ਬਾਕੀ ਤੁਸੀਂ ਮੇਰਾ ਇੰਟਰਵਿਊ ਸੁਣ ਵੀ ਲਿਓ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਕਹੀ ਕਹਿੰਦੇ ਯਾਰ ਜਦੋਂ ਤੱਕ ਸਾਨੂੰ ਕੋਈ ਦੱਸੂਗਾ ਨਹੀਂ ਸਾਨੂੰ ਕੀ ਪਤਾ ਲੱਗੂਗਾ ਮੈਂ ਕਹਿੰਦੇ ਔਰੇ ਲੱਖ ਕਾਰਵਾਈ ਕਰਨ ਨੂੰ ਬੈਠਾ ਹਾਂ ਮੈਨੂੰ ਕੀ ਪਤਾ ਕਿੱਥੇ ਕੀ ਹੋਈ ਜਾਂਦਾ ਸਾਰੀ ਜਗ੍ਹਾ ਨਹੀਂ ਕਹਿੰਦੇ ਮੈਂ ਮੌਜੂਦ ਹੋ ਸਕਦਾ ਉਹਨਾਂ ਨੇ ਜਿਹੜਾ WhatsApp ਨੰਬਰ ਜਾਰੀ ਕਰਿਆ ਸੀਗਾ ਤਾਂ ਉਹ ਸਾਰਾ WhatsApp ਨੰਬਰ ਨੂੰ ਮੈਂ ਫਲੈਸ਼ ਵੀ ਕਰ ਰਿਆ ਹਾਂ WhatsApp ਨੰਬਰ ਤੇ ਤੁਸੀਂ ਦਬ ਕੇ ਸ਼ਿਕਾਇਤਾਂ ਕਰੋ ਸੱਚੀਆਂ ਸ਼ਿਕਾਇਤਾਂ ਕਰੋ ਯਾਨੀ ਕਿ ਝੂਠੀਆਂ ਨਾ ਕਰਿਓ ਉਹਦੇ ਚ ਫਿਰ ਮੁਲਾਜ਼ਮ ਜੇ ਕਹਿ ਜਾਵੇ ਉਹ ਅਸਲੀ ਲੋਕ ਫੜੇ ਨਹੀਂ ਆਂਦੇ ਜਿਨ੍ਹਾਂ ਦੇ ਕਾਰਵਾਈ ਹੋਣੀ ਹੁੰਦੀ ਹੈ ਦੂਜੇ ਕੰਮ ਚੁੱਲ ਜਾਂਦੀ ਹੈ ਸਰਕਾਰ ਜਾਂ ਮੰਤਰੀ ਜਾਂ ਅਫਸਰ WhatsApp ਦੇ ਉੱਤੇ ਇਸ ਵਾਰੀ 800 ਦੇ ਕਰੀਬ ਕੰਦੇ ਸ਼ਿਕਾਇਤਾਂ ਆਈਆਂ ਨੇ ਜਿਦੇ ਵਿੱਚ 500 ਦੇ ਲਗਭਗ ਸ਼ਿਕਾਇਤਾਂ ਦਾ ਹੱਲ ਹੋ ਚੁੱਕਿਆ ਬਾਕੀ ਸ਼ਿਕਾਇਤਾਂ ਇਨ ਪ੍ਰੋਸੈਸ ਨੇ ਬਕਾਇਦਾ ਜਦੋਂ ਤੁਸੀਂ ਇਸ ਨੰਬਰ ਤੇ ਸ਼ਿਕਾਇਤ ਕਰੋਗੇ ਤਾਂ ਤੁਹਾਡੀ ਸੁਣਵਾਈ ਵੀ ਹੋਣੀ ਆ ਉਸ ਵਿਭਾਗ ਨੂੰ ਦੱਸਣਾ ਪੈਣਾ ਇਹ ਕੰਮ ਹੁਣ ਤੱਕ ਕਿਉਂ ਨਹੀਂ ਹੋਇਆ ਤੇ ਨਾਲ ਇਹ ਆ ਵੀ ਜੇਕਰ ਤੁਹਾਡੇ ਤੋਂ ਕਿਤੇ ਵੀ ਤੁਹਾਨੂੰ ਲੱਗਦਾ ਵੀ ਮਾੜਾ ਗਲਤ ਕੰਮ ਚੰਗਾ ਕੰਮ ਹੋ ਰਿਹਾ ਉਹਦਾ ਤੁਸੀਂ ਜਦੋਂ ਇਸ ਨੰਬਰ ਤੇ ਉੱਤੇ ਆ ਦੱਸੋਗੇ WhatsApp ਤੇ ਕਾਲ ਨਹੀਂ ਹੁੰਦੀ WhatsApp ਮੈਸੇਜ ਜਾਂਦਾ ਹੈ ਮੰਤਰੀ ਨੇ ਖੁਦ ਇਹ ਗੱਲ ਕਹੀ ਹੈ ਵੀ ਸਾਡੇ ਤੱਕਰ ਤੁਸੀਂ ਗੱਲਾਂ ਪਹੁੰਚਾਓ ਐਸੀ ਕਾਰਵਾਈ ਕਰਾਂਗੇ 101% ਕਾਰਵਾਈ ਹੋਊਗੀ ਇੰਤਕਾਲਾਂ ਨੂੰ ਲੈ ਕੇ ਮੈਂ ਸਪੈਸ਼ਲੀ ਕਿਹਾ ਸੀ ਕਿ ਹਜੇ ਵੀ ਇੰਤਕਾਲ ਕਰਾਉਣ ਵਾਸਤੇ ਲੋਕ ਭੜਕਦੇ ਫਿਰ ਜਾਂਦੇ ਨੇਗੇ ਰਜਿਸਟਰੀਆਂ ਕਰਵਾਉਂਦੇ ਨੇਗੇ ਉੱਥੇ ਵੀ ਤੁਸੀਂ ਥੋੜਾ ਜਿਹਾ ਧਿਆਨ ਦਿਓ ਤਾਂ तमाम ਚੀਜ਼ਾਂ ਨੂੰ ਲੈ ਕੇ ਜਦੋਂ ਗੱਲ ਹੋਈ ਹੈ ਤਾਂ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਗੱਲ ਕਹੀ ਹੈ ਕਿ ਜਿਹੜਾ ਵੀ ਸਾਡ ਨੂੰ WhatsApp ਤੇ ਮੈਸੇਜ ਆਊਗਾ ਉੱਤੇ 101% ਕਾਰਵਾਈ ਵੀ ਹੋਊਗੀ ਉਸ ਮਸਲੇ ਦਾ ਹੱਲ ਹੋਣਾ ਹੋਇਆ ਉਹ ਵੀ ਹੋਊਗਾ ਹੁਣ ਗੱਲ ਆ ਗਈ ਪੈਸੇ ਮੰਗਦੇ ਦੀ ਉਹ ਕਹਿੰਦੇ ਜੇ ਤੱਕ ਕਿਤੇ ਕੋਈ ਪੈਸੇ ਮੰਗਦਾ ਤੁਹਾਡਾ ਕੰਮ ਜਾਇਜ਼ ਹੈ ਤੇ ਤੁਸੀਂ ਤੁਹਾਨੂੰ ਜਾਣ ਕੇ ਖੱਜਲਖਵਾਰ ਕੀਤਾ ਜਾ ਰਿਹਾ ਹੈ ਕਹਿੰਦੇ ਨਾਲ ਦੀ ਨਾਲ ਮੈਨੂੰ WhatsApp ਮੈਸੇਜ ਕਰੋ ਤਾਂ ਕਿ ਮੈਂ ਉੱਥੇ ਪੁੱਛ ਸਕਾਂ ਵੀ ਇਹ ਭਾਈ ਕੰਮ ਹੁਣ ਤੱਕ ਕਿਉਂ ਨਹੀਂ ਹੋਇਆ ਨੰਬਰ 2 ਤੇ ਜੇਕਰ ਕੋਈ ਪੈਸੇ ਤੁਹਾਡੇ ਤੋਂ ਲੈ ਚੁੱਕਿਆ ਉਹ ਕਹਿੰਦੇ ਜਾਂ ਤਾਂ ਉਹਦਾ ਭੁਗਤਾ ਸਬੂਤ ਰੱਖੋ ਕੋਲੇ ਕਹਿੰਦੇ ਨਹੀਂ ਆਇਆ ਤਾਂ ਨਾ ਅਗਲੇ ਨੇ ਮੰਨਣਾ ਤੁਹਾਣਾ ਤੁਹਾਡੇ ਕੋਲ ਸਬੂਤ ਆਉਣਾ ਹੈ ਸੀ ਕਾਰਵਾਈ ਕਦੇ ਵਾਪਤ ਕਰਾਂਗੇ ਜੇਕਰ ਤੁਹਾਡੇ ਤੋਂ ਕੋਈ ਪੈਸੇ ਮੰਗਦਾ ਉਹਦੀ ਰਿਕਾਰਡਿੰਗ ਮਾਰੋ ਉਹਦੇ ਪੈਸੇ ਜੇ ਕੋਈ ਲੈਂਦੇ ਦੀ ਮਾਰ ਸਕਦੇ ਹੋ ਤਾਂ ਉਹ ਵੀ ਕਰ ਲਓ ਉਦੀ ਕੋਈ ਫੋਟੋ ਉਹਦੇ ਕੋਈ ਲਿਖਤੀ ਜਾਂ ਕੋਈ ਇਹ ਜਿਹਾ ਸਬੂਤ ਇਹ ਜਿਹਾ ਰੱਖੋ ਤੇ ਉਹਨੂੰ ਫਿਰ ਮੰਤਰੀ ਨੂੰ ਵਟਸਐਪ ਕਰੋਗੇ ਜਾਂ ਤੁਸੀਂ ਤਾਂ ਮੰਤਰੀ ਖੁਦ ਚੈੱਕ ਕਰਦੇ ਨੇਗੇ ਅਜੇ ਗੱਲ ਸਪਸ਼ਟ ਕਰੀਆ ਉਹਨਾਂ ਨੇ ਵੀ ਮੈਂ ਖੁਦ ਚੈੱਕ ਕਰਦਾ ਮੈਂ ਪੂਰੀ ਨਿਗਰਾਨੀ ਰੱਖਦਾ ਇਸ ਚੀਜ਼ ਤੇ ਕਿਉਂਕਿ ਭਗਵੰਤ ਮਾਨ ਹੋਰਾਂ ਨੇ ਸਪਸ਼ਟ ਕਿਹਾ ਹੈ ਕਿ ਪੈਸਾ ਟੱਕਾ ਨਹੀਂ ਜ਼ਿਆਦਾ ਚੱਲਣਾ ਚਾਹੀਦਾ ਜ਼ਿਆਦੇ ਤੋਂ ਭਾਵੇਂ ਕੀ ਕਿਸੇ ਵੀ ਤਰ੍ਹਾਂ ਦੇ ਨਾਲ ਪੈਸਾ ਟੱਕਾ ਨਹੀਂ ਚੱਲਣਾ ਚਾਹੀਦਾ ਉੱਪਰਲੇ ਪੈਸੇ ਨਹੀਂ ਦੇਣੇ ਚਾਹੀਦੇ ਕਿਸੇ ਨੂੰ ਵੀ ਤੇ ਨਾ ਹੀ ਦੇਣ ਦਿਓ ਜੇ ਕੋਈ ਮੰਗਦਾ ਉਹਨੂੰ ਟੰਗੋ ਉਤੇ ਕਾਰਵਾਈ ਕਰੋ ਤੇ ਇਸੇ ਚੀਜ਼ ਨੂੰ ਲੈ ਕੇ ਜੇ ਕਿਹਾ ਜਾਵੇ ਤੁਹਾਨੂੰ ਮੈਂ ਇਸ ਲਈ ਇਹ ਵੀਡੀਓ ਦੁਬਾਰਾ ਬਣਾ ਰਿਹਾ ਕਿ ਇੱਕ ਤਾਂ ਤੁਹਾਡੀ ਗੱਲ ਮੈਂ ਰੱਖੀ ਆ ਜਿਹੜੇ ਤੁਸੀਂ ਕਮੈਂਟ ਕਰੇ ਸੀਗੇ ਤੁਸੀਂ ਇਹਨਾਂ ਸੋਚੋ ਵੀ ਕਮੈਂਟ ਕਿਤੇ ਉਹ ਕਰਤੇ ਆਪਾਂ ਨੂੰ ਕਿਹੜੇ ਕਿਸ ਨੇ ਪੜਨੇ ਨੇ ਉਹ ਕਮੈਂਟ ਮੈਂ ਬਕਾਇਦਾ ਤੌਰ ਤੇ ਦਿਖਾਏ ਨੇ ਮੈਂ ਦੱਸਿਆ ਉਹਨਾਂ ਨੂੰ ਉਸ ਤੋਂ ਬਾਅਦ ਦੇ ਵਿੱਚ ਗੱਲ ਇਹ ਹੈ ਕਿ ਉਹਨਾਂ ਦੇ ਉੱਤੇ ਕਾਰਵਾਈ ਨੂੰ ਲੈ ਕੇ ਵੀ ਉਹਨਾਂ ਨੇ ਕਹਿਤਾ ਵੀ ਜਿਹੜੀਆਂ ਕੁਝ ਚੀਜ਼ਾਂ ਹੈਗੀਆਂ ਨੇ ਇਹਨਾਂ ਤੇ ਅਸੀਂ ਆਪ ਵੀ ਫੋਕਸ ਕਰਾਂਗੇ ਪਰ ਤੁਸੀਂ WhatsApp ਦੇ ਉੱਤੇ ਮੰਤਰੀ ਨੂੰ ਜ਼ਰੂਰ ਇਹ ਗੱਲ ਪਹੁੰਚਦੀ ਕਰੋ ਕਿ ਆਖਰ ਤੁਹਾਨੂੰ ਕੀ ਪਰੇਸ਼ਾਨੀ ਕੀ ਦੁਖਤਗਲੀ ਫੈਗੀ ਹੈ ਕੌਣ ਪੈਸੇ ਮੰਗਦਾ ਹੈ ਜੇ ਤੁਹ ਤੋਂ ਲੈ ਲੈਨੇ ਤਾਂ ਕੀ ਸਬੂਤ ਹੈ ਤਾਂ ਉਹ ਦਿਓ ਤੇ ਅਗਲੇ ਤੇ ਫਟਦੀ ਨਹੀਂ ਕਾਰਵਾਈ ਕਰਵਾਓ ਬڑے ਪੈਸੇ ਦੇ ਲੈ ਹੁਣ ساری ਉਮਰ ਕੀ ਪੈਸੇ ਇਸੇ ਤਰ੍ਹਾਂ ਦੇ ਨਾਲ ਯਾਰ ਦਿੰਦੇ ਰਹੋਗੇ ਕਿਉਂ ਤੁਸੀਂ ਜੱਜ ਨੇ ਅਜ ਕੰਮਾਂ ਦੇ ਵਿੱਚ ਆਖਰਕਾਰ ਆਪ ਵੀ ਪਰੇਸ਼ਾਨ ਹੋਨੇ ਹੋ ਪੈਸੇ ਵੀ ਦਿਨੇ ਹੋ ਤਾਂ ਇਹ ਚੀਜ਼ਾਂ ਆਈ ਸਰਕਾਰ ਬਦਲਾਵ ਕਰਕੇ ਆ ਤੇ ਬਦਲਾਵ ਕਰਾਉਣ ਦੇ ਵਿੱਚ ਤੁਸੀਂ ਇਹ ਹਿੱਸਾ ਇਸ ਪਾਸੇ ਵੀ ਪਾਓ ਕਿਉਂਕਿ ਜਿੰਨਾ ਚਿਰ ਤੁਸੀਂ ਰੋਲਾ ਨਹੀਂ ਪਾਉਂਗੇ ਤੁਸੀਂ ਦੱਸੋਗੇ ਨਹੀਂ ਉਹਨਾਂ ਨੂੰ ਨਹੀਂ ਪਤਾ ਲੱਗਣ ਵਾਲਾ ਤੁਸੀਂ WhatsApp ਮੈਸੇਜ ਦੇ ਉੱਤੇ ਸ਼ਿਕਾਇਤਾਂ ਦੱਬ ਕੇ ਕਰੋ ਤਾਂਕਿ ਅੱਗੇ ਨੂੰ ਵੀ ਕਾਰਵਾਈ ਆ ਜਿਹੜੀ ਜਿਹੜੇ ਠੱਗ ਚੋਰ ਹਜੇ ਵੀ ਨਹੀਂ ਹਟਦੇ ਉਹਨਾਂ ਤੇ ਹੋ ਸਕੇ